ਸੋ ਜਿਹੜਾ ਸਭ ਤੋਂ ਜ਼ਿਆਦਾ ਪੁੱਛਣ ਵਾਲਾ ਕੁਐਸਚਨ ਇਹ ਆ ਕਿ ਮੈਂ ਦੋ ਸਕਾਰਪੀਓ ਇੱਕੋ ਜੀਆਂ ਮੋਡੀਫਾਈ ਕਿਉਂ? ਸੋ ਬਾਬਾ ਜੀ ਆ ਗਈ ਲੁੱਕ ਸਾਹਮਣੇ, ਮੋਡੀਫਾਈ ਕਰਾਉਣ ਲੈ ਕੇ ਜਾ ਰਿਹਾ ਤੇ ਇਹਨੂੰ ਨਾਲ ਲੈ ਕੇ ਜਾ ਰਿਹਾ ਇਹਦਾ ਮਾੜਾ ਜਿਹਾ ਕੰਮ ਕਰਾਉਣ ਵਾਲਾ ਵੀਲ ਸ਼ੌਪ ਦਾ ਤੇ ਇਹਨੂੰ ਪੂਰਾ ਮੋਡੀਫਾਈ ਕਰਾਉਣਾ। ਹੁਣ ਇਹ 'ਚ ਤੁਹਾਨੂੰ ਦਿਖਾਉਣਾ ਆ ਇੱਕ ਨਾ ਇਹ 'ਚ ਚੀਜ਼ ਮਿਲੀ, ਮੈਂ ਕਿਹਾ ਉਹਨੂੰ ਖੋਲ ਲਈਏ ਤੁਹਾਡੇ ਸਾਹਮਣੇ। ਓ ਮਾਈ ਗੋਡ, ਆਹ ਬੜੀ ਗਿਫਟ ਸ਼ੌਪ ਜੀ ਜਿਹੜੀ ਹੁੰਦੀ ਆ, ਗਿਫਟ ਜਿਹਾ ਮਿਲਿਆ ਹੁੰਦਾ ਇਹ, ਮੈਂ ਮਤਲਬ ਪੁਰਾਣੀ ਦਾ ਤਾਂ ਮੈਂ ਤੁਹਾਡੇ ਤੋਂ ਪਰੇ ਹੋ ਕੇ ਖੋਲਿਆ ਸੀ, ਤੁਹਾਡੇ ਸਾਹਮਣੇ ਖੋਲਦੇ ਹਾਂ ਤੇ ਇਹ 'ਚ ਕੀ ਮਿਲਿਆ ਅਤੇ ਕੀ ਨਹੀਂ। ਬੇਸਿਕਲੀ ਉਹ 'ਚ ਮੈਨੂੰ ਇੱਕ ਕੀ ਰਿੰਗ ਮਿਲਿਆ ਸੀਗਾ ਜਿਹੜਾ ਮੈਂ ਪਾ ਲਿਆ, ਸੋ ਮੈਂ ਉਹੀ ਸੋਚਿਆ ਕਿ ਇਹਨੂੰ ਵੀ ਪਾ ਲਾ ਕੀ ਰਿੰਗ, ਜੇ ਇਹ 'ਚ ਪਿਆ ਆ ਉਹ ਮੈਨੂੰ ਸੋਹਣਾ ਲੱਗਾ ਸੀ ਕੀ ਰਿੰਗ ਮਹਿੰਦਰਾ ਦਾ ਹੀ ਆ, ਅਤੇ ਮੈਂ ਕਿਹਾ ਜੇ ਇਹ 'ਚ ਪਿਆ ਆ ਤਾਂ ਖੋਲੀਏ ਅਤੇ ਤੁਹਾਡੇ ਸਾਹਮਣੇ ਕੱਪ 'ਤੇ ਮੈਨੂੰ ਖੜਕਦਾ ਹੀ ਦਿਖ ਰਿਹਾ ਆ ਜਿਹੜਾ ਸੇਮ ਉਹੀ ਹੋਣਾ ਮੈਨੂੰ ਲੱਗਦਾ ਜਿਹੜਾ ਉੱਚੋਂ ਨਿਕਲਿਆ ਸਮਾਨ ਉਹੀ ਆ, ਉਹੀ ਆ ਸਾਰਾ। ਟਾਵਲ ਵੀ ਉੱਚ ਸੀ, ਕੱਪ ਵੀ ਉੱਚ ਸੀ, ਆਹ ਵਾਲਾ ਵੀ ਉੱਚੋਂ ਨਿਕਲਿਆ ਸੀ, ਆਹ ਕੀ ਰਿੰਗ ਹੀ ਤਾਂ ਮੈਂ ਕੱਢਣਾ ਸੀ, ਅਤੇ ਇਹ 'ਚ ਹੁਣ ਇੱਕ ਉਹ ਪੇਪਰ ਪਾਉਣ ਵਾਲਾ, ਇਹ ਵੀ ਬਹੁਤ ਸੋਹਣਾ ਆ ਯਾਰ। ਸੋ ਆਹ ਨਿਕਲਦਾ ਇਹਦੇ ਕਿੱਟ 'ਚੋਂ, ਦੂਜੀ 'ਚੋਂ ਵੀ ਇਹੀ ਨਿਕਲਿਆ, ਦੂਜੀ 'ਚੋਂ ਵੀ ਇਹੀ ਨਿਕਲਿਆ। ਚਲੋ ਇਹ ਵੀ ਹੋ ਗਿਆ, ਹੁਣ ਮੈਂ ਰੈਡੀ ਹੋਣ ਲੱਗਾ ਹਾਂ, ਰੈਡੀ ਹੋ ਕੇ ਸਿੱਧਾ ਹੀ ਲੁਧਿਆਣੇ ਉਹਨਾਂ ਕਹਿਣ ਲੱਗੇ ਹਾਂ ਮੋਡੀਫਾਈ ਕਰਾਉਣ। ਕੋਈ ਇਫ ਨਹੀਂ, ਕੋਈ ਬਟ ਨਹੀਂ, ਇੱਕ ਦਿਨ ਵੀ ਆਪਾਂ ਗੱਡੀ ਨਹੀਂ ਰੱਖ ਸਕਦੇ ਬਿਨਾਂ ਮੋਡੀਫਿਕੇਸ਼ਨ ਤੋਂ। ਚਲੋ ਚੱਲੀਏ। ਸੋ ਬਾਬਾ ਜੀ ਆਪਾਂ ਹੋ ਗਏ ਰੈਡੀ ਸਟੈਡੀ ਪੂਰੇ, ਅਤੇ ਗੋਪਾ ਵੀ ਆ ਗਿਆ ਸੀਗਾ। ਆਹ ਵਾਲੀ ਗੱਡੀ 'ਚ ਤੇਲ ਹੈ ਨੀਗਾ, ਇਹ 'ਚ ਤੇਲ ਪਾ ਲਈਏ, ਟੈਂਕੀ ਅੱਗੇ ਖੜੀ ਆ, ਤੇਲ ਪਾ ਕੇ ਅਤੇ ਨਿਕਲੀਏ ਫਟਾਫਟ, ਹੁਣ ਲੇਟ ਬਹੁਤ ਹੋ ਰਹੇ ਹਾਂ। ਸੋ ਇਹਦਾ ਤੇਲ ਕਰ ਲਿਆ ਆਪਾਂ ਡਨ, ਜਿਹੜੀ ਉਹਦਾ ਆ ਉਹਦਾ ਮੈਂ ਫਸਟ ਫਿਊਲ ਪੈਟਰੋਲ ਪੰਪ ਤੋਂ ਹੀ ਕਰਾਊਂਗਾ। ਰੀਜ਼ਨ ਇਹ ਹੁੰਦਾ ਆ ਕਿਉਂਕਿ ਸਾਡੀ ਟੈਂਕੀ ਤੇਲ ਪੁਰਾਣਾ ਹੁੰਦਾ, ਡਰ ਹੁੰਦਾ ਕਿਤੇ ਕਚਰਾ ਨਾ ਆ ਜਾਵੇ, ਨਵਾਂ ਇੰਜਣ ਹੁੰਦਾ, ਥੋੜ੍ਹਾ ਇੰਜਣ 1000 ਕਿਲੋਮੀਟਰ ਚੱਲ ਜਾਵੇ ਫੇਰ ਆਪਾਂ ਪਾ ਸਕਦੇ ਹਾਂ, ਜਿੱਦਾਂ ਇਹ 'ਚ ਪਾਇਆ ਉਹ 'ਚ ਜਦੋਂ ਤੱਕ 1000 ਕਿਲੋਮੀਟਰ ਨਹੀਂ ਚੱਲਦੀ ਉਦੋਂ ਤੱਕ ਪੈਟਰੋਲ ਪੰਪ 'ਤੇ ਪਾਉਣਾ। ਚਲੋ ਪੈਟਰੋਲ ਨਹੀਂ, ਸੋਰੀ ਡੀਜ਼ਲ। ਸੋ ਜਿੱਦਾਂ ਸਾਰਿਆਂ ਨੂੰ ਪਤਾ ਆ ਕਿ ਆਪਣੇ ਹਰੇਕ ਬਲੌਗ 'ਚ ਨਵੇਂ ਬੰਦੇ ਆ ਜਾਂਦੇ ਆ, ਸੋ ਉਹਨਾਂ ਲਈ ਆ ਇਹਦਾ 0066 ਲਿਆ, ਇਹਦਾ 3666 ਜਿਹੜਾ ਆਪਣੀ ਨਵੀਂ ਸਕਾਰਪੀਓ ਦਾ ਆ, ਸੋ ਇਹਦੇ ਨਾਲ ਉਹਨੂੰ ਮੈਚ ਕੀਤਾ ਆ। 0066 ਸੀਰੀਜ਼ 'ਚ ਇੱਕੋ ਹੀ ਹੁੰਦਾ ਆ, ਨਹੀਂ ਤਾਂ ਸੀਰੀਜ਼ ਅੱਗੇ ਤੱਕ ਵੇਟ ਕਰਨਾ ਪੈਣਾ, ਇਸੇ ਕਰਕੇ ਆਪਾਂ ਇੰਨਾ ਮੈਚ ਕਰਤਾ ਦੇਦਾ 0066। ਚਲੋ ਆ ਜਾ ਪਤੰਦਰਾ, ਤੈਨੂੰ ਕਹੋ ਦੇ ਵੀ ਨਹੀਂ ਮੇਰੇ ਤੋਂ ਹੈਗੀ। ਸੋ ਬਾਬਾ ਜੀ ਆਪਾਂ ਦੋਨੇ ਲੈ ਕੇ ਅਤੇ ਨਿਕਲ ਗਏ ਹਾਂ ਲੁਧਿਆਣੇ ਨੂੰ। ਸਭ ਤੋਂ ਪਹਿਲਾਂ ਆਪਾਂ ਧਵਾ ਲਈਏ ਗੱਡੀਆਂ ਨੂੰ, ਧਵਾ ਕੇ ਫੇਰ ਇਹ 'ਚ ਫੀਲਿੰਗ ਕਰਾਉਣੀ ਆ, ਫੀਲਿੰਗ ਕਰਾ ਕੇ ਦੈਨ ਨੋਨ ਸਟੋਪ, ਮਤਲਬ ਨੋਨ ਸਟੋਪ ਵੀ ਅਤੇ ਨੋਨ ਸਟੋਪ ਵੀ। ਲੁੱਕ ਚੈੱਕ ਕਰੋ ਮੋਡੀਫਾਈਡ ਦੀ ਅਤੇ ਉਹਦੀ, ਸਾਹਮਣੇ ਅੱਧੀ ਜਿਹੀ ਲੱਗਣ ਡਈ ਆ ਉਹਦੇ, ਅਤੇ ਹਲੇ ਇਹਦੇ ਵੀਲ ਵੂਲ ਸਾਫ਼ ਹੋਣ ਵਾਲੇ ਆ, ਉਹ ਪੂਰੀ ਸਾਫ਼ ਆ, ਇਹ ਹਲੇ ਸਾਫ਼ ਹੋਣ ਵਾਲੀ ਆ, ਅਤੇ ਤਾਂ ਵੀ ਉਹਦੇ ਸਾਹਮਣੇ ਉਹ ਬੱਚੀ ਹੀ ਲੱਗਦੀ ਆ। ਸੋ ਉਹ ਵਾਲੀ ਧੋਤੀ ਗਈ, ਇਹ ਇਹ ਹੌਲੀ 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 ਇਹ ਹੌਲੀ, ਚਲੋ ਬਈ ਹੁਣ ਆਹ ਚੜ੍ਹਾ ਦਈਏ, ਇਹਨਾਂ ਦੇ ਇੱਥੇ ਪਾਣੀ ਖੜ੍ਹਾ ਤਾਂ ਕਰਕੇ ਅੱਗੇ ਅੱਗੇ ਉਹ ਕਰਨੀ ਪੈਂਦੀ ਆ। ਚਲੋ ਓਏ ਹੋਏ ਹੋਏ ਹੋਏ, ਲਸ਼ਕਰੀ ਫਿਰਦੀ ਆ ਲਸ਼ਕਰੀ, ਸੌਂ ਲੱਗੇ ਹੁਣ ਮਿੱਟੀ ਲੱਗੀ ਇੰਨੀ ਕੁ, ਟਾਇਰ ਵੀ ਖੁੱਤੀ ਲੱਗਣ ਡਿਆ ਯਾਰ। ਸੋ ਬਾਬਾ ਜੀ ਕੌਨਫੀਡੈਂਸ ਹੋਰ ਹੋ ਜਾਂਦਾ ਧੋ ਕੇ, ਨਹੀਂ ਤਾਂ ਪੁਰਾਣੀਆਂ ਲੱਗਦੀਆਂ ਇੱਦਾਂ, ਫਿਰ ਜਮਾਂ ਹੀ ਨਵੀਆਂ ਲੱਗਦੀਆਂ ਗੱਡੀਆਂ। ਆਹ ਦੇਖੋ ਬਲੈਕ ਸਮੋਕਰ ਆ, ਕਿੱਡੀ ਕੁ ਸਿਰਾ ਲੱਗਦੀ ਨਾ ਗੱਡੀ, ਕਹਿਣ ਦੀ ਗੱਲ ਨਹੀਂ ਯਾਰ, ਉਹ ਗਲਤ ਪਾਸੇ ਪਾ ਲਈ ਸ਼ੇਰਾ। ਚਲ ਹੁਣ ਜਾਣਾ ਤਾਂ ਪਕੜੀ ਪੈਣਾ, ਰੋਂਗ ਸਾਈਡ ਨਹੀਂ ਜਾਈਦਾ ਸ਼ੇਰਾ। ਚਲੋ ਨਾਲੇ ਵਧੀਆ ਮਿੱਟੀ ਲੱਥੀ ਹੌਲੀ ਹੌਲੀ ਟਾਇਰਾਂ ਟੂਰਾਂ ਤੋਂ, ਨਹੀਂ ਤਾਂ ਸਾਲੇ ਨੇ ਚੱਕ ਕੇ ਮੋਹਰੇ ਮਾਰਨੀ ਸੀ। ਕਰੋ ਚੈੱਕ, ਕੋਈ ਡਿਵਾਈਡਰ ਨਹੀਂ, ਕੋਈ ਕੁਛ ਨਹੀਂ। ਹਾਂਜੀ ਭਗਵੰਤ ਮਾਨ ਸਾਹਿਬ, ਕਰੋ ਕੁਛ, ਕਰੋ ਕੁਛ, ਇਹਨਾਂ ਦਾ ਬੱਸਾਂ ਤੁਹਾਡੀਆਂ ਤੋੜ ਰਹੇ ਹੈ, ਸਰਕਾਰੀ ਪ੍ਰੋਪਰਟੀ ਨੂੰ ਤੋੜ ਰਹੇ ਹੈ। ਸੋ ਬਾਬਾ ਜੀ ਆਪਣਾ ਸੇਮ ਪੁਰਾਣੀ ਗੱਡੀ ਵਾਲਾ ਸਾਈਕਲ ਚੱਲਣ ਡਿਆ, ਆਪਾਂ ਇਹ ਹੁਣ ਉਹ ਲੈਣ ਇਕੱਲਾ ਫਾਸਟੈਗ, ਮੈਂ ਕਿਹਾ ਬਾਬਾ ਜੀ ਬਾ ਫਾਸਟੈਗ ਲੈ ਕੇ ਆ ਗਿਆ, ਬਾ ਫਾਸਟੈਗ ਲੈ ਲਈਏ ਤਾਂ ਪ੍ਰੋਵੀਜ਼ਨਲ ਆਰਸੀ ਰਹਿੰਦੀ ਸੀ ਉਹ ਲੈ ਕੇ ਫਿਰ ਨਿਕਲੀਏ, ਕਿਉਂਕਿ ਆਪਾਂ ਨੂੰ ਟੋਲਾਂ 'ਤੇ ਖੜ੍ਹਨਾ ਪਸੰਦ ਨਹੀਂ। ਸੋ ਬਾਬਾ ਜੀ ਫਸਟ ਫਿਊਲਿੰਗ, ਕਿੰਨੇ ਦੇ ਰੁਕਦੀ ਉਹਦੀ? 4300 'ਤੇ ਰੁਕੀ ਸੀ, ਇਹਦੀ ਦੇਖਦੇ ਹਾਂ ਕਿੰਨੇ ਰੁਕਦੀ ਆ। ਰੁਕਣ ਲੱਗੀ, ਰੁਕਣ ਲੱਗੀ, ਰੁਕਣ ਲੱਗੀ, ਰੁਕਣ ਲੱਗੀ, ਦੇਖਿਆ ਕਿਉਂ 4300 'ਤੇ ਰੁਕੀ ਕਿ ਨਹੀਂ? ਮੈਂ ਕਿਹਾ ਇਹਦੀ ਵੀ ਸਪੀਡ ਚੈੱਕ ਕਰ ਲਈਏ, ਜਾਂਦੀ ਆ ਕਿ ਨਹੀਂ, ਲਾਲਾ ਲਾਲਾ ਕਰਾ ਦਈਏ ਵੇ, ਇਹਦੇ ਇੱਥੇ ਪੇਪਰ ਲੱਗਾ। ਚਲੋ ਕੋਈ ਨਹੀਂ, ਥੋੜ੍ਹੀ ਨਵੀਂ ਵਾਲੀ ਫੀਲ ਵੀ ਆਉਣੀ ਜ਼ਰੂਰੀ ਆ, ਚੱਕ ਫੇ। ਚੱਲ ਮੇਰਾ ਪੁੱਤ 172 ਹੋਏ ਹੋਏ ਲੱਗ ਵੀ ਗਈ ਯਾਰ, ਛੋਟੇ ਟਾਇਰਾਂ 'ਚ ਭੱਜਦੀ ਬੜੀ ਆ, ਇਹ ਗੱਲ ਮੰਨਣ ਵਾਲੀ ਆ।
ਔਰ ਪਤਾ ਨਹੀਂ ਮੰਨੀਏ ਕਿ ਨਾ ਮੰਨੀਏ ਛੋਟੇ ਟਾਇਰਾਂ ਦੀ ਗੱਡੀ ਭੱਜਦੀ ਬਹੁਤ ਆ 174 76 ਦੇ ਲੱਗ ਗਈ 77 ਦੇ ਆਉਂਦੀ ਕਿ ਨਹੀਂ ਨਹੀਂ ਯਾਰ ਨਹੀਂ ਯਾਰ ਲੋਕ ਆ ਸਪੀਡ ਲੋਕ ਆ ਦੂਜੀ ਦੀ ਵੀ 175 ਪੈਡਲ ਥੱਲੇ ਜਾ ਰਿਹਾ ਆ ਪੈਡਲ ਥੱਲੇ ਜਾ ਰਿਹਾ ਆ ਪਰ ਸਪੀਡ ਨਹੀਂ ਆ ਰਹੀ ਤਾਂ 175 76 ਉਹ ਵੀ 175 76 ਇਹ ਵੀ 175 76 ਇਹ ਚੱਕਰਮੈਂਟ ਕੰਪਨੀ ਵਾਲਿਆਂ ਨੇ ਕੀਤਾ ਪੈਡਲ 'ਚ ਸਪੇਸ ਹੈ ਹਲੇ ਥੱਲੇ ਜਾ ਰਿਹਾ ਪੈਡਲ ਪਰ ਉਹੀ ਚੱਕਰ ਆ ਕਿ ਲੋਕ ਕੀਤੀ ਆ ਆਹ ਕੀ ਹੋ ਗਿਆ ਓ ਫੱਕ ਮੈਨ ਸਫਾਰੀ ਚੜ ਗਈ ਆ ਕੇ ਸਵਿਫਟ ਤੇ ਆ ਜਾ ਕੀ ਕਹਿਣਾ ਆਵਾਂ ਮੈਂ ਉਹਨਾਂ ਆਉਣਾ ਪੈਣਾ ਸੋ ਆ ਗਿਆ ਗੋਪਾ ਤੇ ਸਹਿ ਚੱਲ ਉਧਰ ਕੱਲਾ ਆ ਮੈਂ ਕਿਹਾ ਚੱਲ ਨਾਲ ਬਹਿ ਜਵੇ ਉਹਦੇ ਆ ਜਾ ਤੂੰ ਅੱਗੇ ਆ ਜਾ ਅੱਗੇ ਸੋ ਆ ਬਾਈ ਕੇਬੀ ਟਾਇਰਸ ਤੇ ਟੀਮ ਆਪਣੀ ਰੈਡੀ ਖੜੀ ਪਹਿਲਾਂ ਹੀ ਇੱਕ ਵਾਰੀ ਨਹੀਂ ਤੀਸਰੀ ਚੌਥੀ ਵਾਰੀ ਆ ਗਏ ਤੀਸਰੀ ਚੌਥੀ ਵਾਰੀ ਐ ਹਾਂਜੀ ਬਾਬਾ ਜੀ ਰੈਡੀ ਕੀ ਹਾਲ ਚਾਲ ਨੇ ਰੈਡੀ ਹੋ ਹਾਂਜੀ ਹਾਂਜੀ ਰੈਡੀ ਆ ਜੀ ਲਾਓ ਗੱਡੀ ਲਾਓ ਬਸ ਆ ਦੂਜੀ ਆਪਣੀ ਕਿੱਥੇ ਲਾਈ ਇਹਨਾਂ ਨੇ ਦੂਜੀ ਪਤਾ ਨਹੀਂ ਸੋ ਆ ਬਾਈ ਗਏ ਆਪਾਂ ਪਹੁੰਚ ਕੇਬੀ ਟਾਇਰ ਮੇਰੀ ਦੂਜੀ ਗੱਡੀ ਪਤਾ ਨਹੀਂ ਕਿੱਥੇ ਖੜੀ ਕੀਤੀ ਆ ਉਹ ਵੀ ਦੇਖਦੇ ਆ ਸੋ ਬਾਈ ਜੀ ਆਪਾਂ ਦੋ ਵੀਲ ਸ਼ਾਰਟ ਲਿਸਟ ਕਰਤੇ ਆ ਦੋ ਕੁ ਵੀਲ ਇੱਦਾਂ ਦੇ ਆ ਜੇ ਪੂਰੇ ਬਲੈਕ ਹੁੰਦੇ ਤੇ ਉਹ ਪਾਉਣੇ ਪਾਉਣੇ ਸੀ ਇੱਕ ਜਿੱਦਾਂ BMW ਵਾਲਾ ਇਹਦੀ ਇੰਨੀ ਕੁ ਲੁੱਕ ਘੈਂਟ ਆ ਰਹੀ ਆ ਨਾ ਪਰ ਇਹਦੇ 'ਚ ਜਿਹੜੇ ਚਿੱਟੇ ਚਿੱਟੇ ਆ ਨਾ ਇਸ ਕਰਕੇ ਇਹਨੂੰ ਨਹੀਂ ਨਿਗਲੈਕਟਡ ਆ ਇੱਕ ਉਹ ਬ੍ਰੇਵਸ ਕੀਤਾ ਆ ਸ਼ਾਰਟ ਲਿਸਟ ਇਹ ਕਿੱਥੇ ਪਿਆ ਸੀ ਮਰਸੇਡੀਜ਼ ਵਾਲਾ ਉਹ ਕੀਤਾ ਆ ਦੋ ਵੀਲ ਸ਼ਾਰਟ ਲਿਸਟ ਕਰ ਲਏ ਆ ਬਾਕੀ ਦੇਖਦੇ ਹਾਂ ਹੁਣ ਕਿਹੜਾ ਪਾਉਂਦੇ ਆ ਅਤੇ ਕਿਹੜਾ ਨਹੀਂ ਕਿਹੜਾ ਪਸੰਦ ਆਉਂਦਾ ਅਤੇ ਕਿਹੜਾ ਨਹੀਂ ਇੱਕ ਨਾ ਉਹ ਵਾਲਾ ਮੈਟ ਬਲੈਕ ਪਿਆ ਆ ਬਟ ਉਹ ਬਹੁਤ ਓਲਡ ਸਟਾਈਲ ਜਿਹਾ ਉਹਨੂੰ ਨਿਗਲੈਕਟ ਕਰਤਾ ਆਪਾਂ ਨਾਲ ਹੀ ਜਿੱਦਾਂ ਆਹ ਵਾਲਾ ਆ ਸੇਮ ਹੀ ਉਹ 'ਚ ਬਲੈਕ ਆ ਆਹ ਵਾਲਾ ਤਾਂ ਆਪਾਂ ਉੱਦਣੇ ਹੀ ਨਾ ਕਰਤੀ ਉਹ ਦੇਖੋ ਹੁਣ ਲਾਉਣ ਲੱਗੇ ਆਪਣੇ ਲਈ ਸੋ ਇਹਦਾ ਕੰਮ ਹੋਣਾ ਚਾਲੂ ਹੋ ਗਿਆ ਆ ਇੱਥੋਂ ਨਾ ਲੱਗਦੀ ਆ ਆਹ ਚੀਜ਼ ਲੱਗਦੀ ਪਈ ਅੰਦਰੋਂ ਉਹ ਨਹੀਂ ਦੋਨੇ ਪਾਸੋਂ ਨਹੀਂ ਲੱਗਦੀ ਉੱਧਰ ਇਹੀ ਲੱਗਦੀ ਉੱਧਰਲੀ ਨਹੀਂ ਲੱਗਦੀ ਪਿੱਛੇ ਤਾਂ ਦੋਨੇ ਪਾਸੇ ਲੱਗਦੀ ਇਹ ਉੱਧਰੋਂ ਨਹੀਂ ਮੈਨੂੰ ਕਦੇ ਆਵਾਜ਼ ਆਈ ਉਹ ਵੀ ਕਰਦੀ ਜੇ ਲੱਗਦੀ ਉਹ ਕਰਦੀ ਉਹ ਵੀ ਸੋ ਇਹਦਾ ਕੰਮ ਚਾਲੂ ਹੋ ਗਿਆ ਮੈਂ ਤਾਂ ਥੋੜ੍ਹੀ ਵੇਟ ਕੀਤੀ ਸੀਗੀ ਕਿ ਜਿੱਦਾਂ ਹੁਣ ਵੀਲ ਬਹਿੰਦੇ ਆ ਸਪੇਸਰ ਬਹਿੰਦੇ ਆ ਅਤੇ ਆਪੇ ਆਟੋਮੈਟਿਕ ਹਟ ਜੂਗੀ ਪਰ ਨਹੀਂ ਹਟੀ ਸੋ ਆਪਾਂ ਇੱਥੇ ਇਹੀ ਤਾਂ ਆਪਾਂ ਨੂੰ ਬੈਸਟ ਪੁਆਇੰਟ ਆ ਕਿ ਇਹ ਭਾਵੇਂ ਬਾਅਦ 'ਚ ਆ ਜਾਓ ਆਪਣੀ ਸੈਟਿੰਗ ਕਰ ਦਿੰਦੇ ਆ ਇਹ ਵੀ ਲੱਗਣ ਲੱਗੀ ਇਹਦਾ ਵੀ ਕੰਮ ਸ਼ੁਰੂ ਹੋਣ ਲੱਗਾ ਪਹਿਲਾਂ ਵੀਲ ਸਿਲੈਕਟ ਕਰਾਂਗੇ ਫਿਰ ਤੁਹਾਨੂੰ ਅਪਡੇਟ ਕਰਦੇ ਹਾਂ ਨਹੀਂ ਆਏ ਭਾਈ ਬਾਹਰੋਂ ਦੱਸ ਕਿੱਥੋਂ ਆਏ ਲੱਗਦੇ ਇੱਥੋਂ ਦੀ ਹੈ ਭਾਈ ਕਹਿੰਦਾ ਮੈਂ ਬਾਹਰੋਂ ਆਇਆ ਕਹਿੰਦਾ ਨਹੀਂ ਤੁਸੀਂ ਨਹੀਂ ਬਾਹਰੋਂ ਆਏ ਕਹਿੰਦਾ ਲੱਗਦੀ ਨਹੀਂ ਚੱਕਰ ਮਾਰ ਲਈ ਕਹਿੰਦੇ ਤਾਂ ਇੱਥੇ ਵੀ ਆ ਕਪੂਰਥਲੇ ਆ ਸਕੋਰਪੀਓ ਤੋਂ ਇਹਨੂੰ ਬਣਾਤਾ ਮੇਬੈਕ ਤੁਸੀਂ ਦੱਸੋ ਇਹਨੂੰ ਮੇਬੈਕ ਬਣਾਉਣਾ ਕਿ ਨਹੀਂ ਇਹ ਮੇਬੈਕ ਆ ਇਹ ਮੇਬੈਕ ਆ ਉਹ ਕੁਝ ਹੋ ਰਿਹਾ ਉਹ AMG ਆ ਉਹ AMG ਆ ਬ੍ਰੈਬਸ ਆ ਤਨ ਉੱਤੇ ਐਸ਼ ਕਰਦੇ ਡਾਂਸ ਕਰਕੇ ਦਿਖਾ ਭਰਾ ਫੇ ਕੀ ਹੋਇਆ ਉਹ ਯੋਯੋ ਮੈਨ ਟੋਰੋਂਟੋ ਤੋਂ ਆਏ ਆ ਤੂੰ ਮੰਨਦਾ ਨੀ ਪਿਆ ਕੱਪੜਿਆਂ ਤੋਂ ਨਹੀਂ ਪਤਾ ਲੱਗਦਾ ਭਾਈ ਦੇ ਦੇਖ ਚੈੱਕ ਕਰ ਇੰਨੇ ਭੈਣ ਨੂੰ ਮਹਿੰਗੇ ਕੱਪੜੇ ਪਾਏ ਆਹੋ ਬਾਹਰੋਂ ਭਰਾਵਾ ਸਪੈਸ਼ਲ ਮੈਂ ਉੱਥੇ ਲੈਣ ਚ ਲੱਗ ਕੇ ਕੱਪੜੇ ਲਿਆਉਂਦਾ ਬਾਹਰੋਂ ਆਏ ਭਾਈ ਇੰਗਲਿਸ਼ ਬੋਲ ਕੇ ਦਿਖਾ ਦੋ ਮੰਨਦਾ ਹੀ ਨਹੀਂ ਮੈਂ ਯੂ ਨੋ ਆਈ ਗੇਵ ਆਈ ਜਸਟ ਟੈਸਟਡ ਯੈਸਟਰਡੇ ਆਈ ਸਕੋਰ 9.5 ਬੈਂਡਸ ਫਰੋਮ 9 ਬੈਂਡਸ ਦੇਖ ਪਤਾ ਲੱਗਦਾ ਹਨਾ ਹੁਣ ਬਾਹਰੋਂ ਆਏ ਬਸ ਨਹੀਂ ਹੁਣ ਵੀ ਲੱਗਦਾ ਇਹ ਲੱਗਣਾ ਹੀ ਨਹੀਂ ਪਤਾ ਇੱਧਰ ਦੇ ਆ ਇੱਧਰ ਦੇ ਪਾਸਪੋਰਟ ਮੇਰਾ ਇੱਥੇ ਪਿਆ ਸੌ ਲੱਗਾ ਭਾਈ ਬੈਗ 'ਚ ਪਿਆ ਬੈਗ 'ਚ ਪਿਆ ਬੈਗ 'ਚ ਪਿਆ ਬੈਗ 'ਚ ਕੱਢ ਕੇ ਦਿਖਾਓ ਭੈਣ ਚੋਂ ਗੁੱਸਾ ਆ ਗਿਆ ਪਾਸਪੋਰਟ ਦਿਖਾਓ ਸਟੈਂਪਾਂ ਕਿੱਥੇ ਲੱਗੀਆਂ ਉਹ ਨਹੀਂ ਇਹ ਵਲੌਗ 'ਚ ਨਹੀਂ ਦਿਖਾਣਾ ਪਾਰਟ ਟਰੈਵਲਿੰਗ ਕੀਤੀ ਹੋਈ ਹੈ ਯਾਰ ਗੱਲ ਆ ਕੋਈ ਆ ਲੈ ਟਰੈਵਲਿੰਗ ਆ ਲੈ ਚੱਕਤਾ ਭਰਾ ਆ ਲੈ ਵੀਜ਼ਾ ਆ ਦੇ ਹਾਂ ਤੇ ਚੱਕ ਟੋਰਾਂਟੋ ਦਾ ਵੀਜ਼ਾ ਲੱਗਾ ਹੈਗਾ ਉੱਥੇ ਕੈਨੇਡਾ ਦਾ ਵੀਜ਼ਾ ਲੱਗਾ ਭਾਈ ਟੋਰਾਂਟੋ ਰਹਿੰਦੇ ਸੀ ਕਿ ਤੈਨੂੰ ਕਹੀ ਤਾਂ ਜਾਣਾ ਵਾ ਹਾਂ ਲੈ ਚੱਕ ਹੁਣ ਦੱਸ ਕਿੱਥੋਂ ਬਣ ਗਿਆ
ਮੰਨ ਗਿਆ ਕਹਦੇ ਹੁਣ ਕਿ ਮੈਂ ਮੰਨ ਗਿਆ ਭਾਈ ਬਾਹਰੋਂ ਆਏ ਆ तीसरी नू भी पैने सब तो ज्यादा पुछन वाला क्वेश्चन ये मैं दो स्कॉर्पियो इको जिया मोडिफाई क्यों एडा वा क्वेश्चन मार्क आ रहा 99% एक क्वेश्चन आ रहा मेरे दोस्तों पता सारे प्लैन का मेरे दोस्तों पता आ तू दस मैं सही किया कि नहीं किया yes, वधिया किया तुसी बाकी भाई का विआह नहीं होने लगा ये ना कह ला पियो विआह होने लगा वा गड्डियां लै लिया इदा का सिस्टम कोई नहीं आ चक्कर भाई जी ये आ कि साढ़े फैब च विआह हैगा आ दो तीन विआह आ तो बारहों होना साढ़े सारे ने मैनू ऑटोमैटिक गड्डिया की लोड़ सी जिड़िया कि रीजनेबल प्राइस भी आ जान तो दो चार आ जान सो दैट कि बाहरों साढ़े बहुत बहरले ने आना आ तो हरेक कोई उन्होंने ऑटो पावे तो धुई फिरे जिधर मर्जी जिदा मर्जी सो ये मैं रीजनेबल भी लगी टॉर वाली भी लगियाँ तो पूरी डॉस वाली भी लगियाँ इस करके 25-25 इज गुड प्राइस मतलब मैं मानता ना सो नाल दी नाल टॉर नाल नाल यूज तो बाकी तुम आने वाले फैब च पता लगेगा कि किदा किदा आप इन इन्हों यूज़ करते हैं तो किदा किदा नहीं चीज़ा तुम फैब च जाके पता लगनिया फिलहाल आप गड्डिया हूँ तो चक रही हैं दोनों ही क्योंकि जनवरी प्राइस बदन वाले इन्होंने गड्डिया के सो जिन्होंने भी लैनी है कदम नवा साल सोच के रुक्यो ना कि नवे साल ही लवेंगे अपना मॉडल अपडेट हो जूगा मॉडल नालों ज़्यादा यदी प्राइस लिस्ट बढ़ रही है 6% आ चुका है कि 6% तो बदलना 6% तो पता कि बनता 1.25 लाख एक महीने पिछे 1.25 लाख का रीसेल वैल्यू घट पैजू कद भी नहीं सो ये चीज़ दिमाग च रखो जिन्हें जिन्हें चकनी ईयर एंड तो पहला पहला चक लो नहीं तो नवे साल तो 1.25 लाख बद जाने प्राइस तो 1.25 लाख तो बाद सोचो वह भी बदलनी भी ओके जो ये पट्ठे बोरिया मजा दे मैट दूजी स्कॉर्पियो का मेरा यही हाल हों ना पर ऐसे करके नहीं बेचिया वो गड्डी मेरी एड्डी धाकड़ गड्डी है ना मारी आ वो दूसरी भाई दी वो एड्डी धाकड़ गड्डी मेरी एड्डी फेवरेट गड्डी है ना उन्होंने मैसेज करके नहीं बेचिया देख लियो हले भी मैं उच्च तुम्हें ज्यादा दिखूंगा इन्हें घट ये आप वरतेंगे आने वाले समय से ज्यादा हले इन्हों मैं रखूंगा नवी ही रीजनेबल करके चक्की हाँ तो बाकी एक तुम भी सोचो कि 50 लाख की तुम एक फॉर्चूनर लै रहे हो वो बजाय तुम ये दो लै रहे हैं यूसेज ज़्यादा इन्हों की है कि मतलब मैं फॉर्चूनर हेट नहीं कर रहा 2023 जी फॉर्चूनर आ रही है मे बी मेरी वो सब तो फेवरेट गड्डी होवे क्योंकि उस सारे फीचर आ रहे हैं जे वो वाली फॉर्चूनर आ गई तो मैं फस्ट कस्टमर होऊंगा उन्होंने बाय करने वाला भी मैं तुम्हें पहला दस रहा मैं थोड़ा फीचर लवर हैगा तो हैगा हाँ तो उस जे टायर प्रैशर तक का भी फीचर नहीं है ना ये मेरी सब तो वड्डी मतलब उन्होंने कह दें कि माइनस पॉइंट आ मैं टायर का प्रैशर बहुत जरूरी है क्योंकि मैं पहले दिन ही लो प्रोफाइल टायर पवा लेने होंगे सो उन्होंने प्रैशर पता ही नहीं लगता थोड़ा है कि घट है जो तक वो पूरे बह नहीं जाते सो बाबा जी यदि सैटिंग ओके कराती हूँ ये वील वूल जरा चंगी तरह साफ कर रहे हैं वील हले साफ नहीं है तेल वाले धुआ के लिए आए हैं मैट का यही गंद होंगे बहुत छेती गंदा हो जाता है गोपा साफ कर रहा चंगी तरह हूँ इतने इनू पहला खड़ी करा फिर बाद दूजी को खड़ी करा फिर गड़बड़ कर देना काम फिर गड़बड़ करके फिर इदा काम कर देना फिर इदा आप एडिट कर लेना इदा पा देने अच्छी गोपी पूरा उन्होंने गोपी पूरा सिस्टम ही चक लिया उन्होंने बड़ा लेट है साया साहब वो कही जाता ही कोई नहीं मैं मार देवे आ देखो ही मारती डाक हो गया भरा हूं आया ओ कोई गल नहीं यार पता की गल कपड़े नु साफ भी करना पै रहा पता नहीं तेरा बदला करेगा आप ही साफ करनी पैंदी भावे पुतांगू रखी दी गड्डिया ऐ नहीं पुरानी जे पुरानी आ ते भाई पुरानी है ना ਪਾਈ ਨੂੰ ਬੰਦਾ ਕਹਿੰਦਾ
ਭਾਈ ਆ ਫੈਮਿਲੀ ਵਲੌਗਿੰਗ ਆ ਨਾ ਉੱਥੇ ਤੂੰ ਪਾ ਦੇਣਾ ਮੈਂ ਜੇ ਮੇਰੀ ਆ ਨਾ ਉਹ ਪੁਰਾਣੀ ਕਲਾਸਿਕ ਵੀ ਹੁੰਦੀ ਚਿੱਟੇ ਵਾਲੀ 3666 ਨੰਬਰ ਉਹਨੂੰ ਵੀ ਇੱਥੋਂ ਮੈਂ ਨਵੀਂ ਕੱਢ ਕੇ ਲੈ ਕੇ ਜਾਣਾ ਸੀ ਯਾਰ मेहनत भी कर दे खेत च भी रेंदे आ फिर दो महीने चलती ना मंडिया च ओदो फिर मेरा अपना ही कोई जानता हुंदा कि मैं किद्दां ओदो रहिंदा ते किद्दां नहीं किद्दां पसीना च हुंदा हुंदा ते किद्दां मिट्टी बड़ी हुंदी आ मैं दस दिन ते पेशे नहीं करवाना रहिंदा हुंदा ਤੁਹਾਨੂੰ ਇਦਾਂ ਦੇਖਦਾ ਕਿ ਲੈ ਲਿਆ ਲਗਜ਼ਰੀ ਲਾਈਫ ਆ ਬੰਦੇ ਦੀ ਜਿੰਨਾ ਮੈਂ ਕੰਮ ਕਰਦਾ ਘੰਟਾ ਵੀ ਸੌਣ ਨੂੰ ਮਿਲਦਾ ਹੁੰਦਾ ਵੀ ਘੰਟਾ ਹੀ ਮੈਂ ਜ਼ਿਆਦਾ ਕਹਿੰਦੇ ਆ ਵੀ ਕਿਉਂਕਿ ਲੋਕੀ ਦੇਖ ਲੈਂਦੇ ਕਿ ਲੈ ਲਈ ਆ ਪਰ ਇਹ ਨਹੀਂ ਲਗਜ਼ਰੀ ਮੈਨੂੰ ਵੀਰ ਮੇਰੇ ਕਹਿੰਦੇ ਕਈ ਕਹਿੰਦੇ ਬਾਈ ਜੀ ਸਾਡੇ ਤੋਂ ਇੱਕ ਨਹੀਂ ਲੈ ਆਉਂਦੀ ਤੁਸੀਂ ਦੋ ਦੋ ਲਈ ਫਿਰਦੇ ਆ ਪਰ ਬਾਈ ਜੀ ਤੁਸੀਂ ਜੇ ਨਾ ਮੈਨੂੰ ਚੈੱਕ ਕਰੋਗੇ ਰਿਐਲਿਟੀ 'ਚ ਦਸਾਂ ਬੰਦਿਆਂ ਜਿੰਨਾ ਫਿਰ ਇਕੱਲਾ ਹੀ ਕੰਮ ਕਰ ਰਿਹਾ ਹੁੰਦਾ ਐਵੇਂ ਥੋੜੀ ਨਾ ਰੰਗ ਟੈਨ ਹੋਇਆ ਭਾਈ ਦਾ ਟੈਨ ਅੱਖਾਂ ਚ ਟੋਏ ਫਿਰ ਸਾਲ ਲੱਗ ਜਾਂਦਾ ਇਹਨਾਂ ਨੂੰ ਕਵਰ ਕਰਨੀ ਉਦੋਂ ਤੱਕ ਫੇਰ ਸੀਜ਼ਨ ਆ ਜਾਂਦਾ ਤਿੰਨਾਂ ਮਹੀਨਿਆਂ ਬਾਅਦ ਤੇ ਸੀਜ਼ਨ ਆ ਜਾਂਦਾ ਫਿਰ ਕੀ ਕਰੀਏ ਕਹਿੰਦੇ ਬੰਦੇ ਬਾਲੇ ਬਿਜ਼ੀ ਆ ਉਹਨਾਂ ਬਿਜ਼ੀ ਰਹੋ ਬਿਜ਼ੀ ਜਿੱਥੇ ਤੁਸੀਂ ਇੱਕ ਸਪਰੇ ਨਾ ਚਾਰ ਟਾਇਰ ਕਰਨੇ ਵੀ ਦੋ ਕਰਾਂਗੇ ਇੱਕ ਹੋਰ ਮਗਾ ਲਾਂਗੇ ਹਾਂ ਇਹ ਹੋ ਸਕਦਾ ਨਾ ਕਰਾਓ ਬੰਦੇ ਆਪਣੇ ਲੱਗ ਗਿਆ ਟਾਈਮ ਸੁਣਿਓ ਆ ਗਈਆਂ ਬਾਲ ਖਲਾਰੇ ਨੇ ਆਰਡਰ ਮੰਗਾਇਆ ਸੀ ਅੱਡੀ ਨਹੀਂ ਲੱਗਣ ਦਿੱਤੀ ਪਤਾ ਨਹੀਂ ਲੱਗਾ ਗਿਆ ਕਿੱਥੇ ਆ ਤੇ ਹਲੇ ਬਣਿਆ ਵੀ ਕੱਖ ਨਹੀਂ ਨਾ ਨਾ ਛੱਕ ਛੱਕ ਰੁਕ ਲਿਆ ਕਹਿੰਦੇ ਕੀ ਆਹ ਹੈਲਮਟ ਤੇ ਪਾਉਣ ਨੂੰ ਰੱਖਿਆ ਕੀ ਸਿਰ ਤੇ ਪਾਉਣ ਨੂੰ ਰੱਖਿਆ ਫੇਰ ਕਹਿੰਦੇ ਬਲੈਕ ਕਰ ਦੇ ਹੁਣ ਲੈਕਸ ਦੇ ਲਾ ਪਿਆ ਲੈਟਾਂ ਨਗਾ ਦਿਆ ਉਹ ਕਿਉਂ ਕਹਿੰਦਾ ਇਹ ਬਲੈਕ ਕਰ ਦੇ ਹੁਣ ਯੈਸ ਬਾਡੀ ਸੋ ਅੱਬੇ ਆਪਾਂ ਚੱਲੇ ਇੱਥੇ ਲੱਗ ਗਏ ਨਾ ਇੱਕ ਸ਼ੋਰੂਮ ਆ ਬਾਬੀ ਮਤਲਬ ਬਹੁਤ ਟਾਈਮ ਪਹਿਲਾਂ ਮੈਂ ਇੱਥੇ ਸ਼ੋਪਿੰਗ ਕਰਨ ਆਉਣਾ ਉਹਨਾਂ ਦੇ ਸਹਿ ਕਹਿੰਦਾ ਸੀ ਬਾਈ ਉੱਥੇ ਜਾਣਾ ਉੱਥੇ ਸਾਰੇ ਬ੍ਰਾਂਡਸ ਦੇ ਆਊਟਲੈਟ ਆ ਅਤੇ ਇਹ ਨਹੀਂ ਗੱਲ ਕਿ ਆਊਟਲੈਟ ਆ ਬਟ ਇੱਥੇ ਦਾ ਜਿਹੜਾ ਸਟੱਫ ਹੁੰਦਾ ਨਾ ਉਹ ਬਹੁਤ ਜ਼ਿਆਦਾ ਗੁੱਡ ਹੁੰਦਾ ਜਿਹੜਾ ਕਿ ਓਰੀਜਨਲਸ ਦੇ ਵੀ ਨਹੀਂ ਹੁੰਦਾ ਇੱਥੇ ਦਿਖਾਊਂਗਾ ਇੱਥੇ ਬਹੁਤ ਜਾਣੇ ਆਉਂਦੇ ਆ ਸਪੈਸ਼ਲੀ ਸਟੱਫ ਕਰਕੇ ਸਾਰੇ ਜਿੰਨੇ ਇੱਥੇ ਪੰਜਾਬ 'ਚ ਆਊਟਲੈਟਸ ਆ ਸਭ ਤੋਂ ਫੇਵਰੇਟ ਆਊਟਲੈਟ ਸਾਰਿਆਂ ਦੇ ਇਹੀ ਆ ਮੁੱਕ ਦੀ ਗੱਲ ਇਹ ਇੱਥੇ ਜ਼ਿਆਦਾ ਆਰਟੀਕਲਸ ਹੁੰਦੇ ਆ ਜ਼ਿਆਦਾ ਆਰਟੀਕਲਸ ਹੁੰਦੇ ਆ ਤਾਂ ਕਰਕੇ ਚੱਲੇ ਆ ਅੱਗੇ ਮੈਂ ਸਪੈਸ਼ਲੀ ਇੱਥੇ ਆਉਣਾ ਹੁੰਦਾ ਜੀ ਲੁਧਿਆਣੇ ਸਿਰਫ ਆਉਣਾ ਇਕੱਲਾ ਇੱਥੇ ਸ਼ੋਪਿੰਗ ਕਰਨ ਕਿਉਂਕਿ ਸਹਿਜ ਸਾਡਾ ਹੈਗਾ ਥੋੜਾ ਬ੍ਰਾਂਡ ਦਾ ਜੌਂਕੀ ਮੁੰਡਾ ਸ਼ਕੀਨ ਆ ਥੋੜਾ ਜਿਹਾ ਚਲੋ ਲੈ ਜੀ ਇਹਨੂੰ ਥੱਲੇ ਗੱਲ ਨਹੀਂ ਕਰਦਾ ਸੋ ਬਾਬਾ ਜੀ ਆਪਾਂ ਪਹੁੰਚ ਗਏ ਚੈੱਕ ਕਰੋ ਇੱਥੇ ਤੇ ਸਾਰੇ ਇੱਥੇ ਆਲਮੋਸਟ ਸਾਰੇ ਹੀ ਵਧੀਆ ਵਧੀਆ ਬ੍ਰਾਂਡਸ ਦੇ ਹਨਾ ਦੂਜੇ ਆ ਆਊਟਲੈਟ ਸਟੋਰ ਤੇ ਹੁਣ ਫਟਾਫਟ ਦੇਖੇ ਝਾਤੀਆਂ ਮਾਰੀਏ ਕਿ ਵਧੀਆ ਹੈਗਾ ਕਿ ਨਹੀਂ ਇੱਥੇ ਮੈਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਉਦੋਂ ਦਾ ਹੀ ਆ ਮਤਲਬ ਪਿਊਮਾ ਪਿਆਮਾ ਉਦੋਂ ਦਾ ਹੀ ਆਇਆ ਹੋਇਆ ਐਡੀਡਾਸ ਵੀ ਉਦਾਂ ਹੀ ਆ ਤੇ ਉਦੋਂ ਦਾ ਹੀ ਬਹੁਤ ਘੈਂਟ ਕੰਮ ਹੈ ਇੱਥੇ ਛੱਡੂਗੇ ਪਰਨਾ ਮੂੰਹ ਤੇ ਪਾਉਣ ਵਾਲਾ ਸਕਾਫ ਟਾਈਪ ਹੁੰਦਾ ਜਿਹੜਾ ਬਾਈਕਰ ਪਾਉਂਦੇ ਹੁੰਦੇ ਆ ਹਾਂਜੀ ਪੈ ਜਾਂਦਾ ਇਹ ਭਾਈ ਦੋ ਵਾਰ ਇਹਨੂੰ ਕਰਨਾ ਪੈਂਦਾ ਭਾਈ ਨੂੰ ਪਸੰਦ ਆ ਗਿਆ ਹੁਣ ਜੰਪ ਮੈਨ ਜੋਰਡਨ ਉਹੀ ਤਾਂ ਭਾਈ ਦਾ ਪੈਰ ਹੀ ਏਡਾ ਤਾਂ ਦੇਖ ਸਕਦੇ ਭਰਾਵਾ ਹਫਸ਼ੀ ਭਾਈ ਸਾਡੇ ਉਧਰ ਬੈਂਕ ਵਾਲਿਆਂ ਨੇ ਕੀ ਹੋਇਆ ਭਾਈ ਕਿਹਨੇ ਕੰਪਲੇਨ ਕਰਤੀ ਕਹਿੰਦੇ ਬਲੈਕ ਕਰਦੇ ਆ ਹਾਂਜੀ
ਭਾਈ ਕੋਈ ਗੱਲ ਨੀ ਆਹ ਦੇਖੋ ਤਾਂ ਏਦਾਂ ਜਾਂਦੇ ਆ ਫਿਰ ਹਾਂਜੀ ਹੋ ਗਈਆਂ ਸ਼ੋਪਿੰਗ ਡਨ ਕਰਾਈ ਦਿੱਤੀਆਂ ਭਰਾਵਾ ਹੁਣ ਕੀ ਕਰੀਏ ਹਾਂਜੀ ਮੰਨਦਾ ਨੀ ਫੇ ਭਾਈ ਚੱਲ ਗਏ ਆ ਵਾਸ਼ਰੂਮ ਤੇ ਇਹ ਲੱਗਾ ਵਾ ਆਪਣੀਆਂ ਸਨੈਪਚੈਟਾਂ ਬਣਾਉਣ ਆਹ ਲੈ ਲਫਾਫੇ ਨਾਲ ਖਿੱਚ ਲਾ ਦਿਖਾ ਦੇ ਅੱਗੇ ਅੱਗੇ ਵੱਧਦੇ ਕਦਮ ਜਾ ਰਹੇ ਆ ਐਡੀਡਾਸ ਵੱਲ ਹੋ ਗਏ ਸ਼ੁਰੂ ਭਾਈ ਭਾਈ ਨੂੰ ਜਿੰਨੀਆਂ ਜਿੰਨੀਆਂ ਚੀਜ਼ਾਂ ਦੇਖੀਆਂ ਸਾਰੀਆਂ ਭਾਈ ਨੇ ਲਈਆਂ ਹੋਈਆਂ ਦੋ ਸਾਲ ਪਹਿਲਾਂ ਦਾ ਭਾਈ ਇੱਦੀ ਆਓ ਫਿਰ ਪਿਊਮਾ ਇੱਕ ਵਾਰੀ ਵੱਡਾ ਸਟੋਰ ਲੱਗਦਾ ਪਿਆ ਵਾ ਸਾਲ ਪੁਰਾਣੀਆਂ ਚੀਜ਼ਾਂ ਪਈਆਂ ਯਾਰ ਭਾਈ ਫਿਰ ਤੁਸੀਂ ਥੋੜੇ ਐਡਵਾਂਸ ਆ ਤੁਸੀਂ ਛੱਡਦੇ ਹੀ ਨਹੀਂ ਕੁਛ ਵੀ ਉਹ ਪਜਾਮਾ ਮੈਂ ਘਰੇ ਪਿਛਲੇ ਤੋਂ ਪਿਛਲੇ ਸਾਲ ਲਿਆ ਪਿਛਲੇ ਸਾਲ ਇੱਧਰ ਦੀ ਆਓ ਇੱਧਰ ਦੀ ਆਓ ਪਿਛਲੇ ਸਾਲ ਘਰੇ ਪਾਇਆ ਇਹ ਸਾਲ ਇੱਥੇ ਫੇਰ ਦੇਖ ਰਿਹਾ ਮੈਂ ਹਰ ਦੂਲਾ ਭਾਈ ਹੁਣ ਪੈ ਗਏ ਆ ਭੰਬਲ ਭੂਸੇ ਜਿੱਥੇ ਮੈਂ ਕੀ ਕੀ ਲਵਾਂ ਕੀ ਕੀ ਲਵਾਂ ਕਿਉਂਕਿ ਟਾਈਮ ਭਾਈ ਤੋਂ ਬਹੁਤ ਘੱਟ ਆ ਕੁਛ ਨਾ ਕੁਛ ਲੱਭ ਹੀ ਲਿਆ ਬਹੁਤ ਜ਼ਿਆਦਾ ਸਹੀ ਚੀਜ਼ਾਂ ਮਿਲੀਆਂ ਬਹੁਤ ਜ਼ਿਆਦਾ ਭਾਈ ਤੁਸੀਂ ਤਾਂ ਪੂਰੀਆਂ ਜਿੰਮ ਲਾਉਣ ਵਾਲੀ ਨਾ ਨਾ ਕਰਦੇ ਮਿਲ ਹੀ ਗਿਆ ਫਿਰ ਇੱਥੋਂ ਸਮਾਨ ਭਾਈ ਨੇ ਤਾਂ ਚੰਗਾ ਖਾਜਾ ਕੱਢ ਲਿਆ ਨਾ ਨਾ ਕਰਦੇ ਪਹਿਲਾਂ ਕਹਿੰਦੇ ਹੈ ਨਹੀਂ ਉਹ ਆਹ ਤਾਂ ਮੈਨੂੰ ਵੀ ਪਸੰਦ ਆ ਗਿਆ ਹੁਣ ਪ੍ਰੋਬਲਮ ਹੋ ਗਈ ਤਾਂ ਤੁਹਾਨੂੰ ਭਰਾ ਚਾਰ ਹੋ ਜੂਗੀਆਂ ਯਾਰ ਚਾਰਾਂ ਤੇ ਆਪਾਂ 60 ਹੋ ਜਾਣਾ ਆ ਪੰਜਾਂ ਤੇ ਭਾਈ 90 ਆ ਉਹ ਆ ਜਾ ਤੂੰ ਪਿੱਛੇ ਹੀ ਰਹਿ ਗਿਆ ਮੈਂ ਸਨੈਪਚੈਟ ਬਣਾਉਣਾ ਸੀਗਾ ਲੱਗ ਗਿਆ ਪਤਾ ਮੈਂ ਪਹਿਲੇ ਕਹਿਤਾ ਸੀ ਮੈਂ ਕਿਹਾ ਸਨੈਪ ਬੋਏ ਪਿੱਛੇ ਰਹਿ ਗਿਆ ਸੋ ਬਾਬਾ ਹੀ ਆ ਗਈ ਲੁੱਕ ਸਾਹਮਣੇ ਦੱਸੋ ਕਿਹੜੀ ਸੋਹਣੀ ਲੱਗਦੀ ਆ ਹੱਲੇ ਮਤਲਬ ਫਲੈਪ ਲੂਪ ਤੇ ਨਾ ਜਾਇਓ ਦੋਨਾਂ ਚੋਂ ਕਿਹੜੀ ਖੁੱਤੀ ਲੱਗੀ ਆ ਇੱਧਰੋਂ ਰਹਿਣ ਦਿੰਦੇ ਹਾਂ ਅਤੇ ਉਹ ਚੈੱਕ ਕਰੋ ਚੱਕੋ ਪੈ ਗਈ ਖੁੱਤੀ ਹੋ ਗਈਆਂ ਬਨੋਟੀਫੁੱਲ ਦੋਨੇ ਬਨੋਟੀਫੁੱਲ ਹੋ ਗਈਆਂ ਹੁਣ ਪੈਸਾ 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 ਚੱਲੇ ਪੈਸੇ ਹੈਂ ਘੱਟੇ ਰੱਖਦੇ ਆ ਘੱਟੇ ਰੱਖਦੇ ਆ ਨਾ ਇਹਨਾਂ ਨੇ ਉੱਥੇ ਖਰਚੇ ਬੜੇ ਭਾਈ ਉੱਥੇ ਕਹਿੰਦੇ ਆ ਵੀ ਚੱਕ ਲਾ ਆ ਵੀ ਚੱਕ ਲਾ ਆ ਵੀ ਚੱਕ ਲਾ ਦੋ ਦੋ ਹੋ ਗਈਆਂ ਹੁਣ ਟੂ ਕਾਰਸ ਸੇਮ ਗਿਣੀ ਜਾਂਦੇ ਗਿਣੀ ਜਾਂਦੇ ਨੋਟਾਂ ਦੀ ਮਸ਼ੀਨ ਘੱਟ ਗਏ ਭਾਈ ਘੱਟ ਗਏ ਘੱਟ ਗਏ ਸਹਿਜ ਹੋਣੀ ਹੁਣ ਅੱਗੇ ਹੋਏ ਆ ਦੋ ਘੱਟ ਗਿਆ ਭਾਈ ਹਜ਼ਾਰ ਮੋੜ ਦੀ ਓ ਮੈਨੂੰ ਉਹ ਹੋ ਗਿਆ ਹੋ ਗਿਆ ਸਹਿਜ ਹੁਣੀ ਬੈਠੇ ਆ ਭਾਈ ਹਲੇ ਆਹ ਪੈਸੇ ਨਾ ਲੈ ਕੇ ਆਇਆ ਕਰੋ 36,000 ਹੀ ਗਿਆ ਸਹਿਜ ਹੈਗਾ ਵਾ ਅੱਛਾ ਦੋਨੋਂ ਹੋ ਗਈਆਂ ਰੈਡੀ ਹਾਂਜੀ ਹੋ ਗਈ ਇਹ ਦੋਨੋਂ ਰੈਡੀ ਪੁੱਛ ਲਈਏ ਉੱਧਰ ਵੀ ਮੁੰਡਿਆਂ ਨੂੰ ਕਿੱਦਾਂ ਵੀ ਮੁੰਡਿਓ ਓਕੇ ਰਿਪੋਰਟ ਆ ਲੜੀਓ ਨਾ ਹੈ ਮੇਰਾ ਪੂਰਾ ਪਿਆਰ ਨਾਲ ਗੱਡੀ ਚਲਾਉਣੀ ਆ ਆਪਣੀ ਨਹੀਂ ਕੀ ਚਲੋ ਬਾਏ ਬਾਏ ਪਤਾ ਨੀ ਚੌਥੀ ਪੰਜਵੀਂ ਵਾਰੀ ਆ ਗਿਆ ਲੋ ਮਾਰੇ ਲੋ 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 ਦੇਖੋ ਥੈਂਕ ਯੂ ਬਸ ਓਕੇ ਬਾਏ ਠੀਕ ਆ ਭਾਈ ਚਲੋ ਚਲੀਏ ਉੱਧਰ ਭਰਾ ਭਰਾ ਬੈਠੇ ਮੈਂ ਕਿਹਾ ਲੜੀ ਹੋਣਾ ਹਨੇਰੇ 'ਚ ਨਾ ਇੱਕ ਫਾਇਦਾ ਆਹ ਬੜੀਆਂ ਲਾਈਟਾਂ ਐਡੀਆਂ ਸਿਰਾ ਲੱਗਦੀਆਂ ਨਾ ਸਮੋਕਡ ਲਾਈਟਾਂ ਹੋਏ ਹੋਏ ਇੱਦਾਂ ਲੱਗਦੀਆਂ ਸਿਰਫ ਉਨਾ ਕੀ ਪਾਰਟ ਆ ਆਹ ਜਿਹੜੀਆਂ ਹੁਣ ਆਹ ਪੂਰੀਆਂ ਰੈੱਡ ਆ ਇਹਨੂੰ ਵੀ ਮੈਂ ਸਮੋਕ ਕਰਾ ਲੈਣਾ ਬਹੁਤ ਛੇਤੀ ਇਹਨੂੰ ਵੀ ਨਹੀਂ ਮੈਂ ਰਹਿਣ ਦੇਣਾ ਕਿਉਂਕਿ ਸਾਨੂੰ ਆਪ ਨਹੀਂ ਯਾਰ ਉਹ ਪੂਰੀਆਂ ਲਾਲ ਪਸੰਦ ਆਹ ਪਸੰਦ ਆ
ਸਾਡੇ ਸ਼ਹਿਰ ਆਏ ਆ ਅੱਜ ਬਾਈ ਆਇਆ ਗੱਡੀ ਦੇਖਣ ਗੱਡੀ ਦੀ ਡਿਟੇਲ ਦਿੰਦੇ ਹੋਏ ਰੰਧਾਵਾ ਸਾਹਿਬ ਦੋਨੇ ਸੋਹਣੇ ਲੱਗਣ ਡੇ ਕਨਫਿਊਜ਼ ਕਰ ਰਹੇ ਦੋਨੇ ਟਾਇਰ ਦੋਨੇ ਵੀਲ ਕਨਫਿਊਜ਼ ਕਰ ਰਹੇ ਹਰ ਗੋਬਿੰਦ ਨਗਰ ਖੜੇ ਆਪਾਂ ਫਗਵਾੜੇ ਤੇ ਬਾਈ ਹੁਣੀ ਆਪਣੇ ਬਾਈ ਆ ਕਿਸਾਨ ਵੀਰ ਜਿੱਦਾਂ ਆਪਾਂ ਬਾਈ ਹੁਣੀ ਗੱਡੀਆਂ ਦੇਖ ਕੇ ਆ ਗਏ ਆਪਾਂ ਨੂੰ ਮਤਲਬ ਬਾਈ ਹੁਣੀ ਪਹਿਲਾਂ ਤੋਂ ਜਾਣਦੇ ਸੀਗੇ ਡੁਮੇਲੀ ਤੋਂ ਬੰਪਰ ਲਵਾ ਗਏ ਬਾਈ ਮੰਮੀ ਲਵਾਉਣਾ ਯਾਰ ਮੈਂ ਨਵਾਂ ਲਿਆ ਆ 56 ਵੀ ਤੁਸੀਂ ਦੇਖਦੇ ਜੇ ਬਲੌਗ ਮੇਰਾ ਬਾਈ ਉਹਨੂੰ ਮੈਂ ਲਵਾਉਣਾ ਯਾਰ ਇਹ ਕਿੰਨੇ ਕਿੰਨੇ ਕਿਲੋ ਦਾ ਆ ਮੈਂ 1.5 ਕੁਇੰਟਲ ਦਾ ਯਾਰ ਲਵਾਉਣਾ ਉਹਨੂੰ ਕਲਰ ਵੀਰਾ ਆਇਆ ਮਤਲਬ ਪੁੱਛਣਾ ਆਇਆ ਸੀਗਾ ਵੀਰਾ ਵੀ ਇਹਦੇ ਵਿੱਚ ਜਿਹੜੇ ਸਪੇਸਰ ਆ ਕੋਈ ਤੰਗੀ ਪਰੇਸ਼ਾਨੀ ਤੇ ਨਹੀਂ ਆਈ ਤੇ ਆਪਾਂ ਨੂੰ ਲਿਟਰਲੀ ਨਹੀਂ ਆਈ ਜਿਹੜੀ ਵੀ ਉਹਦੀ ਨੈਗੇਟਿਵ ਆ ਜਾਂ ਪੋਜ਼ਿਟਿਵ ਆ ਵੀਰੇ ਹੁਣਾਂ ਨੂੰ ਦੱਸਤਾ ਆ ਤੇ ਚਲੋ ਹੁਣ ਆਪਾਂ ਬਸ ਇੱਥੋਂ ਨਿਕਲੀਏ ਸਿੱਧਾ ਘਰੇ ਚੱਲੀਏ ਬਲੌਕ ਕਰੀਏ ਐਂਡ ਬਹੁਤ ਹਨੇਰਾ ਹੋ ਗਿਆ ਸੋ ਬਾਬਾ ਹੀ ਆ ਗਿਆ ਘਰੇ ਫਾਈਨਲੀ ਦੋਨੇ ਗੱਡੀਆਂ ਲੈ ਕੇ ਇੱਕ ਗੱਡੀ ਦੀ ਆਪਾਂ ਜਗ੍ਹਾ ਕੱਲ੍ਹ ਇੱਧਰ ਬਣਾ ਲਈ ਸੀਗੀ ਲੋਕ ਚਲੋ ਜੀ ਤੇ ਇੱਕ ਇੱਧਰ ਖੜੀ ਹੋਣੀ ਆ ਇੱਕ ਉੱਧਰ ਖੜੀ ਹੋਣੀ ਘਰ ਦੇ ਵੀ ਭਰਾਵਾ ਟਾਈਮ ਨੇ ਜਿੰਦਾ ਲਾ ਕੇ ਸੋ ਜਾਂਦੇ ਆ ਇਸ ਕਰਕੇ ਹੁਣ ਖੜੀਆਂ ਕਰੀਏ ਇਹਦੀ ਹਲੇ ਮੋਡੀਫਿਕੇਸ਼ਨ ਹਲੇ ਬਹੁਤ ਪਈ ਆ ਚਲੋ ਗੱਡੀਆਂ ਖੜੀਆਂ ਕਰੀਏ ਮਿਲਦੇ ਤੁਹਾਨੂੰ ਅਗਲੇ ਬਲੌਗ ਟਿਲ ਦੈਨ ਬਾਬਾ ਬਾਏ ਸਬਸਕ੍ਰਾਈਬ ਕਰ ਦਿਓ ਹਲੇ ਬਹੁਤ ਕੰਮ ਪਏ ਆ ਹਲੇ ਵੀ ਮਿਲਦੇ ਆ ਕੱਲ੍ਹ ਬਾਬਾ ਬਾਬਾ ਬਾਬਾ।